गुरुद्वारा साहिब पर लगे जीएसटी को लेकर एक बार फिर एसजीपीसी प्रधान ने केंद्र से गुहार लगाई और उन्होंने जीएसटी काउंसिल के सभी मेंबरों को पत्र लिखकर धार्मिक स्थानों पर जीएसटी मुक्त करने की अपील की। उन्होंने कहा कि अगर धार्मिक स्थानों पर जीएसटी लगता है तो अकेले एसजीपीसी को 10 करोड़ रुपए का नुकसान होगा। इसी के साथ गुरु रामदास इंस्टीट्यूट पर खाने में मांसाहारी भोजन को लेकर एसजीपीसी प्रधान प्रोफेसर कृपाल सिंह बंडगूर ने कहा कि इस मामले को लेकर 3 मेंबरों की कमेटी का गठन कर दिया गया है, जो जल्द अपनी रिपोर्ट अकाल तख्त के जथेदार साहब को सौंपेंगी, जिसके बाद कोई फैसला लिया जाएगा। वहीं आज कोलकाता से अमृतसर आने वाली रेलगाड़ी में बम मिलने की घटना पर उन्होंने दुख प्रकट करते हुए केंद्र सरकार से अपील की है कि वह ऐसी घटनाओं को भविष्य में ना होने के लिए अपनी एजेंसियों को सतर्क करें, क्योंकि हरमंदर साहिब में दुनिया भर से लोग माथा टेकने के लिए आते हैं। जीएसटी को लेकर उन्होंने पंजाब सरकार से भी अपील की कि राज्य द्वारा लिए जाने वाले जीएसटी पहले सरकार माफ करे। आज़ाद टीवी न्यूज़ के लिए पंजाब से ब्यूरो रिपोर्ट। ਕਾ ਪ੍ਰਸ਼ਾਦ ਹੈ, ਇਹਦਾ ਸ਼ਰਧਾ ਦੇ ਨਾਲ ਸੰਬੰਧ ਹੈ, ਸਿੱਖ ਗੁਰਮਤਿ ਮਰਿਆਦਾ ਨਾਲ ਸੰਬੰਧ ਹੈ, ਸਿੱਖ ਫਲਸਫੀ ਨਾਲ ਸੰਬੰਧ ਹੈ, ਸਿੱਖ ਇਤਿਹਾਸ ਨਾਲ ਸੰਬੰਧ ਹੈ। ਇਹਨੂੰ ਟੈਕਸ ਤੋਂ ਘੱਟੋ ਘੱਟ ਜਿਹੜਾ ਮੁਕਤ ਰੱਖਿਆ ਜਾਵੇ, ਲੇਕਿਨ ਸਾਡੀ ਗੱਲ ਜਿਹੜੀ ਆ ਉਹ ਨਹੀਂ ਸੁਣੀ ਜਾ ਰਹੀ। ਔਰ ਹੁਣ ਅਸੀਂ ਜੋ GST ਕੌਂਸਲ ਦੇ ਮੈਂਬਰ ਸਾਹਿਬਾਨ ਨੇ, ਜਿਹੜੇ ਹਿੰਦੁਸਤਾਨ ਦੇ ਸਾਰੇ ਸੂਬਿਆਂ ਦੇ ਫਾਈਨਾਂਸ ਮਿਨਿਸਟਰ ਨੇ, ਉਹਨਾਂ ਸਾਰਿਆਂ ਨੂੰ ਅੱਜ ਅਸੀਂ ਦੁਬਾਰਾ ਉਹਨਾਂ ਨੂੰ ਵੀ ਚਿੱਠੀ ਲਿਖੀ ਹੈ ਔਰ ਅਸੀਂ ਉਹਨਾਂ ਦੀ ਆਤਮਾ ਨੂੰ ਅਪੀਲ ਕੀਤੀ ਹੈ, ਉਹਨਾਂ ਦੀ ਕੰਸਾਇੰਸ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਰੱਬ ਦਾ ਘਰ ਹੈ ਘੱਟੋ ਘੱਟ ਉਹਨੂੰ ਤਾਂ ਬਖਸ਼ ਦਿਓ, ਉਹਦੇ ਤਾਂ ਟੈਕਸ ਨਾ ਲਾਓ। ਇੱਥੇ ਟਾਟਾ ਵਰਗੇ, ਅਡਾਨੀਆਂ ਵਰਗੇ, ਅਡਾਨੀ ਵਰਗੇ ਔਰ ਵਿਜੇ ਮਾਲੀਆ ਵਰਗੇ ਬਹੁਤ ਬੜੇ ਬੜੇ ਜਿਹੜੇ ਅਰਬਾਂ ਖਰਬਾਂ ਪਤੀ ਲੋਕ ਜਿਹੜੇ ਦੇਸ਼ ਨੂੰ ਬਹੁਤ ਲੁੱਟਿਆ, ਉਹਨਾਂ ਨੂੰ ਤਾਂ ਟੈਕਸ ਤੋਂ ਛੋਟ ਦਿੱਤੀ ਔਰ ਵੱਡੇ ਕਾਰਖਾਨੇਦਾਰਾਂ ਨੂੰ ਤੁਸੀਂ ਟੈਕਸ ਤੋਂ ਛੋਟ ਦਿੱਤੀ। ਛੋਟਾ ਟਰੇਡਰ ਜਿਹੜਾ ਹੈ, ਛੋਟਾ ਕਿਰਤੀ ਹੈ, ਉਸ 'ਤੇ ਜਿਹੜਾ GST ਦਾ ਤੁਸੀਂ ਬੋਝ ਪਾਤਾ ਔਰ ਲੰਗਰ 'ਤੇ ਪਾਤਾ, ਤੁਹਾਨੂੰ ਪ੍ਰਸ਼ਾਦ 'ਤੇ ਪਾਤਾ। ਇਸ ਲਈ ਅੱਜ ਦੁਬਾਰਾ ਅਸੀਂ ਫਿਰ ਜਿਹੜਾ ਸਾਡੇ ਫਾਈਨਾਂਸ ਮਿਨਿਸਟਰ ਨੂੰ ਚਿੱਠੀ ਲਿਖੀ ਆ ਔਰ ਇੱਕ ਵਾਰ ਫਿਰ ਅਸੀਂ ਅਪੀਲ ਕਰਦੇ ਹਾਂ ਕੇਂਦਰ ਸਰਕਾਰ ਨੂੰ, ਖਾਸ ਕਰਕੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੂੰ, ਕਿ ਤੁਸੀਂ ਆਪ ਧਰਮ ਪ੍ਰਚਾਰਕ ਰਹੇ ਇੱਥੇ ਪੰਜਾਬ ਦੇ ਵਿੱਚ ਔਰ ਤੁਹਾਡੀ ਪਾਰਟੀ ਵੀ ਧਰਮ ਬੇਸਡ ਪਾਰਟੀ ਆ, ਘੱਟੋ ਘੱਟ ਤੁਹਾਡੀ ਸਰਕਾਰ ਦੇ ਸਮੇਂ ਐਸਾ ਨਹੀਂ ਸੀ ਹੋਣਾ ਚਾਹੀਦਾ। ਇਹ ਕਾਂਗਰਸ ਦੀ ਸਰਕਾਰ ਨੇ ਤਾਂ ਅਕਾਲ ਤਖ਼ਤ ਸਾਹਿਬ ਢਾਹਿਆ ਸੀ, ਦਰਬਾਰ ਸਾਹਿਬ 'ਚ ਗੋਲੀਆਂ ਮਾਰੀਆਂ, ਲੇਕਿਨ ਇਹ ਤਾਂ ਦੇਸ਼ ਦੇ ਲੋਕਾਂ ਨੇ ਉਹਦਾ ਬਦਲ ਦੇ ਤੌਰ 'ਤੇ ਸਰਕਾਰ ਜਿਹੜੀ BJP ਅਕਾਲੀ ਦਲ ਹੋਰ ਪਾਰਟੀਆਂ ਦੀ ਸਾਂਝੀ ਸਰਕਾਰ ਲਿਆਂਦੀ ਤਾਂ ਜੋ ਦੇਸ਼ ਦੇ ਸਾਂਝੇ ਹਿੱਤਾਂ ਵਾਸਤੇ, ਇਹ ਵਿਕਾਸ ਦੇ ਕਾਰਜਾਂ ਵਾਸਤੇ ਕੰਮ ਕਰੇਗੀ।